ਅੱਖਾਂ ਵੇਖਣ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕਮ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮਿਹਰਬਾਨੀ ਫਰਮਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹਾਂ, ਕੈਂਟੀ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਆਸਾਨੀ ਨਾਲ ਮਿਲਦੀ ਰਹੇ। ਅਤੇ ਇਸ ਵੀਡੀਓ ਨੂੰ ਮਿਹਰਬਾਨੀ ਫਰਮਾ ਕੇ ਸ਼ੇਅਰ ਵੀ ਕਰ ਦੇਣਾ। ਅੱਜ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ, ਉਸ ਫਿਲਮ ਦਾ ਨਾਂ ਹੈ ਜ਼ਿੰਦਾ ਲਾਸ਼। ਜ਼ਿੰਦਾ ਲਾਸ਼ ਅਦਾਕਾਰ ਹਬੀਬ, ਅਸਦ ਬੁਖਾਰੀ, ਦੀਬਾ, ਰਿਹਾਨ ਔਰ ਨਸਰੀਨ। ਹਦਾਇਤ ਖਵਾਜਾ ਸਰਫਰਾਜ਼, ਪ੍ਰੋਡਿਊਸਰ ਅਬਦੁਲ ਬਾਕੀ, ਮੁਸਨਫ ਨਸੀਮ ਰਿਜ਼ਵਾਨੀ, ਮਿਊਜ਼ਿਕ ਤਸੱਦਕ ਹੁਸੈਨ। ਫਿਲਮ ਜ਼ਿੰਦਾ ਲਾਸ਼ 7 ਜੁਲਾਈ 1967 ਵਿੱਚ ਉਰਦੂ ਅਤੇ ਇੰਗਲਿਸ਼ ਦੋਨੋਂ ਜ਼ਬਾਨਾਂ 'ਚ ਇੱਕੋ ਟਾਈਮ ਵਿੱਚ ਰਿਲੀਜ਼ ਹੋਈ। ਇਹ ਪਾਕਿਸਤਾਨ ਦੀ ਪਹਿਲੀ ਡਰੈਕੁਲਾ ਫਿਲਮ ਸੀ। ਇਸ ਫਿਲਮ ਇਹ ਇਜ਼ਾਜ਼ ਵੀ ਹਾਸਲ ਹੈ ਕਿ ਇਹ ਫਿਲਮ ਪਾਕਿਸਤਾਨ ਅਤੇ ਅਮੈਰੀਕਾ 'ਚ ਇੱਕੋ ਟਾਈਮ ਵਿੱਚ ਰਿਲੀਜ਼ ਹੋਈ ਔਰ ਇਹਨੂੰ ਇਹ ਇਜ਼ਾਜ਼ ਵੀ ਹਾਸਲ ਹੈ ਕਿ ਇਸ ਫਿਲਮ ਨੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੋ ਕਿ ਸਪੇਨ ਅਤੇ ਸਵਿਟਜ਼ਰਲੈਂਡ ਵਿੱਚ ਹੋਇਆ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਇੱਕ ਐਸੇ ਡਾਕਟਰ ਦੀ ਕਹਾਣੀ ਹੈ ਜਿਹੜਾ ਆਬੇ ਯਾਦ ਬਣਾਉਣ ਦਾ ਤਜਰਬਾ ਕਰਦਾ ਔਰ ਆਪਣੇ ਤਜਰਬੇ 'ਚ ਕਾਮਯਾਬ ਹੋ ਜਾਂਦਾ, ਲੇਕਿਨ ਜਦੋਂ ਉਹ ਆਬੇ ਯਾਦ ਪੀਂਦਾ ਅਤੇ ਉਹਦੀ ਮੌਤ ਵਾਕਿਆ ਹੋ ਜਾਂਦੀ ਹੈ। ਉਹਦੀ ਮੁਲਾਜ਼ਮਾ ਇਸ ਦੀ ਲਾਸ਼ ਨੂੰ ਠਿਕਾਣੇ ਲਗਾਉਣ ਵਾਸਤੇ ਇਹਨੂੰ ਤਹਿਖਾਨੇ 'ਚ ਰੱਖ ਦਿੰਦੀ ਹੈ, ਕਿਉਂਕਿ ਡਾਕਟਰ ਨੇ ਵਸੀਅਤ ਕੀਤੀ ਹੁੰਦੀ ਹੈ ਕਿ ਅਗਰ ਇਸ ਤਜਰਬੇ ਦੇ ਦੌਰਾਨ ਉਸਦੀ ਮੌਤ ਵਾਕਿਆ ਹੋ ਜਾਏ ਤਾਂ ਉਸਦੀ ਲਾਸ਼ ਨੂੰ ਤਹਿਖਾਨੇ ਵਿੱਚ ਰੱਖ ਦਿੱਤਾ ਜਾਏ। ਜੂੰ ਹੀ ਉਹ ਮੁਲਾਜ਼ਮਾ ਉਹਨੂੰ ਤਹਿਖਾਨੇ 'ਚ ਰੱਖਣ ਜਾਂਦੀ ਹੈ, ਉਹ ਲਾਸ਼ ਜ਼ਿੰਦਾ ਹੋ ਜਾਂਦੀ ਹੈ ਅਤੇ ਸਭ ਤੋਂ ਪਹਿਲੇ ਉਸੇ ਮੁਲਾਜ਼ਮਾ ਦਾ ਕਤਲ ਕਰਦੀ ਹੈ। ਉਸ ਤੋਂ ਬਾਅਦ ਉਹ ਜ਼ਿੰਦਾ ਲਾਸ਼ ਡਰੈਕੁਲਾ ਬਣ ਜਾਂਦੀ ਹੈ ਔਰ ਸੱਜੇ ਖੱਬੇ ਲੋਕਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦੀ ਹੈ। ਉਸ ਜ਼ਿੰਦਾ ਲਾਸ਼ ਦਾ ਮਹਿਲ ਖੌਫ ਅਤੇ ਦਹਿਸ਼ਤ ਦੀ ਅਲਾਮਤ ਬਣ ਜਾਂਦਾ ਹੈ। ਇਸ ਵਿੱਚ ਅਦਾਕਾਰ ਰਿਹਾਨ ਨੇ ਡਰੈਕੁਲਾ ਦਾ ਮਰਕਜ਼ੀ ਕਿਰਦਾਰ ਅਦਾ ਕੀਤਾ ਹੈ। ਅਸਦ ਬੁਖਾਰੀ ਨੇ ਡਾਕਟਰ ਅਕੀਲ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਉਸ ਡਰੈਕੁਲੇ ਦੀ ਖੋਜ ਵਿੱਚ ਉਸ ਮਹਿਲ ਵਿੱਚ ਜਾਂਦਾ ਹੈ। ਨਾਜ਼ਰੀਨ, ਤੁਸੀਂ ਇਹ ਫਿਲਮ ਦੇਖੋ, ਤੁਹਾਨੂੰ ਬਹੁਤ ਮਜ਼ਾ ਆਏਗਾ ਔਰ ਤੁਹਾਨੂੰ ਪਤਾ ਚੱਲੇਗਾ ਕਿ ਪਾਕਿਸਤਾਨ ਵਿੱਚ ਵੀ ਬਹੁਤ ਅੱਛੀਆਂ ਫਿਲਮਾਂ ਬਣਦੀਆਂ ਨੇ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰ ਦਿਓ। ਤੁਹਾਡੀ ਬੜੀ ਮਿਹਰਬਾਨੀ।